ਸੱਚੇ ਪਿਆਰ ਸਹਿਤ ਮਿਲ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਮਾਣਯੋਗ ਜੀ ਦੇ ਪਾਸੋਂ, ਗਿਆਨੀ ਰਾਜਵਿੰਦਰ ਸਿੰਘ ਹੋਰਾਂ ਪਾਸੋਂ ਅੱਜ ਦਾ ਪਾਵਨ ਸ੍ਰੀ ਮੁਖ ਵਾਕ ਸ਼ਰਵਣ ਕੀਤਾ, ਉਹ ਪਵਿੱਤਰ ਸ਼ਬਦ ਜੋ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਆਪਾਂ ਨੂੰ ਉਸ ਵੇਲੇ ਪ੍ਰਾਪਤ ਹੋਇਆ ਜਦੋਂ ਸਤਿਗੁਰੂ ਜੀ ਮਹਾਰਾਜ ਦੀਵਾਨ ਸਥਾਨ 'ਤੇ ਪ੍ਰਕਾਸ਼ਮਾਨ ਹੋਏ। ਬਹੁਤ ਉੱਦਮੀ ਹੋ, ਬਹੁਤ ਪ੍ਰਭਾਤੇ, ਇਹ ਸਾਰਾ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ। ਲੇਕਿਨ ਜਿਵੇਂ ਸਥਾਨ ਦੀ ਇਹ ਪਰੰਪਰਾ ਚੱਲ ਰਹੀ ਹੈ, ਆਸਾ ਕੀ ਵਾਰ ਕੀਰਤਨ ਉਪਰੰਤ ਇੱਕ ਵਾਰ ਫਿਰ ਉਹ ਸ਼ਬਦ ਦੁਹਰਾਇਆ ਜਾਂਦਾ ਹੈ ਜੋ ਅੰਮ੍ਰਿਤ ਵੇਲੇ ਆਇਆ, ਔਰ ਉਪਰੰਤ ਜਿਵੇਂ ਹੁਣ ਹੈ ਲੜੀਵਾਰ ਵਿਚਾਰ ਆਰੰਭ ਕੀਤੀ ਜਾਂਦੀ ਹੈ। ਜੇ ਤੁਹਾਡੇ ਧਿਆਨ ਵਿੱਚ ਹੋਵੇ, ਹੁਣੇ ਹੁਣੇ ਜਿਹੜੇ ਬਚਨ ਸੁਣੇ ਨੇ ਆਪਾਂ, ਪਹਿਲੀ ਪਾਤਸ਼ਾਹੀ ਜੀ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਸੋਰਠ ਰਾਗ ਵਿੱਚ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਕਿਸ ਹਰੀ ਦੇ ਪ੍ਰਤੀ ਬੇਨਤੀ ਕੀਤੀ ਜਾ ਰਹੀ ਹੈ ਜੋ ਘੱਟ ਘੱਟ ਰਵ ਰਹੇ ਆ, ਬਨਵਾਰੀ ਜਲ ਥਲ ਮਹੀਅਲ ਗੁਪਤੋ ਵਰਤਾ ਹੈ, ਜਿਸ ਨੂੰ ਜਾਣਿਆ ਜਾਂਦਾ ਹੈ ਕੇਵਲ ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਕੇਵਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਾਨ ਅਗਵਾਈ ਦੇ ਵਿੱਚ ਉਹਨਾਂ ਦੇ ਉਪਦੇਸ਼ ਨੂੰ ਸਮਝਦਿਆਂ ਹੋਇਆਂ ਅੰਤਮ ਬਚਨ ਜੋ ਕੀਤਾ, ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨ ਗਰਭ ਮਝਾਰੀ ਜੀਓ, ਨਾਨਕ ਗਿਆਨ ਰਤਨ ਪ੍ਰਗਟ। ਜੇ ਤੂੰ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਹੈ ਤਾਂ ਗੁਰ ਕੀ ਮੰਨ ਲੈ ਰਜ਼ਾਏ। ਰਜ਼ਾ ਨਾਮ ਹੈ ਮਰਜ਼ੀ ਦਾ, ਰਜ਼ਾ ਨਾਮ ਹੈ ਭਾਣੇ ਦਾ, ਰਜ਼ਾ ਨਾਮ ਹੈ ਉਪਦੇਸ਼ ਦਾ, ਰਜ਼ਾ ਨਾਮ ਹੈ ਸੇਧ ਦਾ, ਮਤ ਦਾ। ਜਿਹੜੀ ਸੇਧ, ਜਿਹੜੀ ਮਤ, ਜਿਹੜਾ ਭਾਣਾ, ਜਿਹੜਾ ਹੁਕਮ, ਜਿਹੜੀ ਰਜ਼ਾ ਤੇਰੇ ਸਤਿਗੁਰੂ ਦੀ ਹੈ ਨਾ, ਤੂੰ ਉਸਨੂੰ ਸਤ ਕਰਕੇ ਮੰਨ ਲੈ। ਮਨ ਮੇਰੇ ਗੁਰ ਕੀ ਮੰਨ ਲੈ ਰਜ਼ਾਏ, ਇਸ ਨਾਲ ਤੈਨੂੰ ਪ੍ਰਾਪਤੀ ਕੀ ਹੋਵੇਗੀ।
ਹੁਣ ਅਸੀਂ ਅਕਸਰ ਹੀ ਇਹ ਸਵਾਲ ਕਰ ਲੈਂਦੇ ਹਾਂ ਆਪਣੇ ਹਿਰਦੇ ਵਿੱਚ ਕਿ ਸਤਿਗੁਰੂ ਜੀ ਜਦੋਂ ਤੁਸੀਂ ਇਹ ਬਚਨ ਕਰਦੇ ਹੋ ਵੀ ਗੁਰੂ ਦੀ ਰਜ਼ਾ ਮੰਨ, ਗੁਰੂ ਕੇ ਹੁਕਮ ਨੂੰ ਮੰਨ ਤਾਂ ਕੀ ਮਿਲੇਗਾ? ਹਜ਼ੂਰ ਨੇ ਆਖਿਆ ਤੂੰ ਕੀ ਚਾਹੁੰਦਾ ਹੈ? ਦੇਖ ਮਾਨ ਤਾਨ ਸੀਤਲ ਸਭ ਥੀਐ, ਨਾਮ ਵਸੈ ਮਨ ਆਏ। ਕਿੱਡੇ ਸਾਡੇ ਧਿਆਨ ਕਰਨ ਵਾਲੀ ਬਾਤ ਹੈ। ਹਜ਼ੂਰ ਕਹਿੰਦੇ ਨੇ ਮਨ ਸੀਤਲ ਹੋ ਜਾਵੇਗਾ, ਤਨ ਸੀਤਲ ਹੋ ਜਾਵੇਗਾ। ਜਦੋਂ ਬੰਦਿਆਂ ਦਾ ਮਨ ਟਿਕ ਗਿਆ ਸਮਝੋ ਤਨ ਟਿਕ ਗਿਆ। ਜੇ ਮਨ ਟਿਕ ਗਿਆ ਤਨ ਟਿਕ ਗਿਆ ਤਾਂ ਸਮਝੋ ਸਭ ਕੁਝ ਹੀ ਟਿਕਾ ਵਿੱਚ ਆ ਗਿਆ। ਹਜ਼ੂਰ ਨੇ ਆਖਿਆ ਨਾ ਬਚਨ ਕੀਤਾ ਘਰ ਸੁੱਖ ਵਸਿਆ। ਹਾਂਜੀ ਅੱਗੇ ਕੀ ਆਖਿਆ? ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਮਨ ਤਨ ਸੀਤਲ ਸਭ ਥੀਐ, ਨਾਮ ਵਸੈ ਮਨ ਆਏ। ਇਹ ਮਨ ਅਤੇ ਤਨ ਸੀਤਲ ਕਾਹਦੇ ਨਾਲ ਹੁੰਦੇ ਨੇ? ਇਹ ਕਹਿੰਦੇ ਨੇ ਵਾਹਿਗੁਰੂ ਜੀ ਦੀ ਯਾਦ, ਕਰਤਾਰੀ ਯਾਦ, ਗੁਰੂ ਕੀ ਬਰਕਤ ਦੇ ਸਦਕਾ ਸਾਡੇ ਹਿਰਦੇ ਵਿੱਚ ਵਸ ਜਾਂਦੀ ਹੈ। ਜਿਸ ਹਿਰਦੇ ਵਿੱਚ ਭਟਕਣ ਹੈ ਨਾ, ਜਿਸ ਹਿਰਦੇ ਵਿੱਚ ਭਰਮ ਨੇ, ਮੈਂ ਫਿਰ ਬੇਨਤੀ ਕਰਾਂ, ਜਿਸ ਹਿਰਦੇ ਵਿੱਚ ਭਟਕਣ ਹੈ, ਜਿਸ ਹਿਰਦੇ ਵਿੱਚ ਭਰਮ ਨੇ, ਜਦੋਂ ਉਸ ਹਿਰਦੇ ਵਿੱਚ ਕਰਤਾਰੀ ਯਾਦ ਵਸ ਜਾਂਦੀ ਹੈ ਤਾਂ ਬੰਦੇ ਦੀ ਭਟਕਣਾ ਮੁੱਕ ਜਾਂਦੀ ਹੈ, ਬੰਦੇ ਦੇ ਭਰਮ ਮੁੱਕ ਜਾਂਦੇ ਨੇ। ਮਨ ਤਨ ਸੀਤਲ ਸਭ ਥੀਐ, ਮਨ ਅਤੇ ਤਨ ਕਰਕੇ ਸੀਤਲ ਹੋ ਜਾਂਦਾ ਹੈ ਮਨੁੱਖ। ਨਾਮ ਵਸੈ ਮਨ ਆਏ, ਤਾਂ ਤੇ ਮਨ ਮੇਰੇ ਗੁਰ ਕੀ ਮਨ ਲੈ ਰਜ਼ਾਏ। ਹੁਣ ਜਦੋਂ ਗੁਰੂ ਦੇ ਪਾਸ ਤੂੰ ਆਉਂਦਾ ਹੈ, ਸਤਿਗੁਰਾਂ ਦੇ ਸੰਪਰਕ ਵਿੱਚ ਤੂੰ ਆਉਂਦਾ ਹੈ, ਜੇ ਤੂੰ ਇਹ ਚਾਹੁੰਦਾ ਹੈ ਕਿ ਮੇਰੇ ਹਿਰਦੇ ਵਿੱਚ ਰੱਬੀ ਪ੍ਰਕਾਸ਼ ਹੋ ਜਾਏ, ਜੇ ਤੂੰ ਇਹ ਚਾਹੁੰਦਾ ਹੈ ਕਿ ਮੇਰੇ ਹਿਰਦੇ ਵਿੱਚ ਮਨ ਅਤੇ ਤਨ ਜੋ ਹੈਣ ਇਹ ਸਭ ਟਿਕ ਜਾਣ, ਸ਼ਾਂਤ ਹੋ ਜਾਣ, ਮੇਰੇ ਹਿਰਦੇ ਵਿੱਚ ਸ਼ੀਤਲਤਾ ਵਸ ਜਾਏ, ਤਾਂ ਤੈਨੂੰ ਕੀ ਕਰਨਾ ਪਏਗਾ? ਗੁਰ ਕੀ ਮਨ ਲੈ ਰਜ਼ਾਏ, ਗੁਰੂ ਕੀ ਰਜ਼ਾ ਨੂੰ ਮੰਨ। ਪੰਚਮ ਪਾਤਸ਼ਾਹ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਸਦ ਬਲਿਹਾਰੀ ਤਿਨਾ ਵਾਹਿਗੁਰੂ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰਿ ਕਥਾ, ਗੁਰੂ ਕੋਲੋਂ ਸੁਣਦੇ ਨੇ ਜੋ, ਕਿਹੜੀ ਕਥਾ? ਹਰੀ ਦੀ ਕਥਾ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰਿ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇ ਹੈ। ਹਾਂਜੀ ਪ੍ਰਭ ਮੱਥਾ, ਉਹ ਬੰਦੇ ਸਮਝੋ ਪੂਰੇ ਹੋ ਗਏ, ਉਹ ਪੁੱਗ ਗਏ, ਉਹ ਪ੍ਰਧਾਨ ਹੋ ਗਏ, ਮੁਖੀ ਹੋ ਗਏ। ਕਿਹੜੇ? ਜਿਨ੍ਹਾਂ ਨੇ ਇੱਧਰ ਉੱਧਰ ਸਿਰ ਨਿਵਾਉਣ ਦੀ ਬਜਾਏ ਨਿਵਾਵੇ ਹੈ ਪ੍ਰਭ ਮੱਥਾ, ਜਿਹੜੇ ਕੇਵਲ ਪ੍ਰਭੂ ਜੀ ਦੇ ਸਨਮੁਖ ਨਮਸਕਾਰ ਕਰਦੇ ਨੇ, ਪ੍ਰਭੂ ਦੀ ਯਾਦ ਵਿੱਚ ਰਹਿੰਦੇ ਨੇ, ਪ੍ਰਭੂ ਜੀ ਦੇ ਅੱਗੇ ਸਿਰ ਨਿਵਾਉਂਦੇ ਨੇ। ਇਹ ਮਾਰਗ ਕੌਣ ਦੱਸਦਾ ਹੈ? ਇਹ ਮਾਰਗ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ। ਐਸਾ ਉਹਨਾਂ ਦੇ ਜੀਵਨ ਦਾ ਅਨੁਭਵ ਅਸੀਂ ਕਿਤਨੀ ਵਾਰ ਇਤਿਹਾਸ ਦੇ ਇਸ ਪੰਨੇ ਨੂੰ ਦੁਹਰਾਇਆ ਹੋਵੇਗਾ ਕਿ ਸਤਿਕਾਰਯੋਗ ਬਾਬਾ ਅਮਰਦਾਸ ਸਾਹਿਬ ਗੰਗਾ ਇਸ਼ਨਾਨ ਕਰਨ ਜਾਇਆ ਕਰਦੇ ਸਨ, 19 ਵਾਰ ਗੰਗਾ ਨਹਾਉਣ ਗਏ, ਫਿਰ ਉਹ ਵੈਸ਼ਨਵ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਤਿਲਕ ਲਾਇਆ ਕਰਦੇ ਸਨ, ਗਲ ਵਿੱਚ ਕੰਠੀ ਪਾਇਆ ਕਰਦੇ ਸਨ, ਤੁਲਸੀ ਮਾਲਾ ਪਕੜਿਆ ਕਰਦੇ ਸਨ, ਇਸ ਪ੍ਰਕਾਰ ਦੇ ਯਤਨ ਕਰਿਆ ਕਰਦੇ ਸਨ। ਪਰ ਜਦੋਂ ਸਤਿਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੇ ਚਰਣਾਂ ਵਿੱਚ ਆਏ ਤਾਂ ਸਤਿਗੁਰਾਂ ਨੇ ਸਮਝਾਇਆ ਇਹ ਭਰਮਣ ਕਾਹਦੇ ਵਾਸਤੇ ਹੈ, ਤੁਸੀਂ
ਬਾਂਸਰਕੇ ਤੋਂ ਚੱਲ ਕੇ ਗੰਗਾ ਦੇ ਕਿਨਾਰੇ ਪਹੁੰਚਦੇ ਹੋ, ਉੱਥੋਂ ਫਿਰ ਪਿੱਛੇ ਮੁੜੇ ਆਉਂਦੇ ਹੋ, ਫਿਰ ਤੁਰ ਪੈਂਦੇ ਹੋ, ਫਿਰ ਆਉਂਦੇ ਹੋ, ਫਿਰ ਤੁਰ ਪੈਂਦੇ ਹੋ, ਇਹ ਭਰਮਣ ਕਾਹਦੇ ਵਾਸਤੇ? ਆਹ ਤੁਸਾਂ ਨੇ 12-12 ਤਿਲਕ ਲਾਏ ਨੇ, ਇਹ ਤਿਲਕ ਲਾਉਣ ਦਾ ਕੀ ਮਕਸਦ ਹੈ? ਇਹ ਤੁਸਾਂ ਨੇ ਕੰਠੀ ਪਾਈ, ਵੈਸ਼ਨਵ ਕਰਮਾਂ ਦੇ ਤੁਸੀਂ ਧਾਰਨੀ ਹੋਏ, ਇਹਨਾਂ ਸਾਰਿਆਂ ਦਾ ਕੀ ਲਾਭ ਹੈ? ਵਾਹਿਗੁਰੂ। ਹੁਣ ਦੇਖੋ, ਮੇਰੇ ਵਰਗਾ ਹੱਠੀ ਦੀਆਂ ਬੰਦਾ ਹੋਵੇ ਨਾ, ਹੱਠੀ ਦੀਆਂ ਜ਼ਿੱਦੀ ਦੀਆਂ ਬੰਦਾ, ਜਿਸ ਦਾ ਹੱਠ ਆਪਣੀ ਹਉਮੈ 'ਤੇ ਟਿਕਿਆ ਹੁੰਦਾ, ਮੈਂ ਜੋ ਕਰਦਾ ਠੀਕ ਕਰਦਾ, ਇਉਂ ਹੀ ਆਖਦੇ ਹਾਂ ਅਸੀਂ। ਇਉਂ ਮੈਂ ਕਹਿ ਦਿਆਂਗਾ, ਸਤਿਗੁਰੂ ਮਹਾਰਾਜ ਕੋਈ ਹੋਰ ਗੱਲ ਸੁਣਾਓ, ਕੋਈ ਹੋਰ ਬਚਨ ਦੱਸੋ, ਮੈਂ ਜੋ ਕਰਦਾ ਪਿਆ ਉਹ ਤਾਂ ਮੈਂ ਠੀਕ ਕਰਦਾ ਪਿਆ। ਲੇਕਿਨ ਗੱਲ ਤਾਂ ਫਿਰ ਮੇਰੀ ਹੈ ਨਾ, ਗੱਲ ਫਿਰ ਸਾਡੀ ਹੈ, ਸਾਡੇ ਸੁਭਾਵਾਂ ਦੀ ਹੈ। ਬਾਬਾ ਅਮਰਦਾਸ ਜੀ ਦਾ ਇਹ ਸੁਭਾਅ ਨਹੀਂ ਸੀ, ਇਹ ਸੁਭਾਅ ਨਹੀਂ ਸੀ। ਆਪਣੇ ਅੰਦਰ ਚਾਹਤ ਪਾਈ ਉਹਨੇ, ਅਤੇ ਚਾਹਤ ਪਾ ਕੇ ਨਾ ਫਿਰ ਹੱਥ ਜੋੜ ਕੇ ਆਖੇ ਉਹਨੇ, ਹੇ ਗੁਰੂ ਅੰਗਦ, ਮੈਂ ਨਾ ਬਸ ਭਟਕਦਾ ਹੀ ਪਿਆ, ਭਰਮਦਾ ਹੀ ਪਿਆ। ਜਿਸ ਦਿਨ ਮੈਂ ਬੱਚੀ ਧੀ ਅਮਰੋ ਦੇ ਕੋਲੋਂ ਮੈਂ ਸ਼ਬਦ ਸੁਣਿਆ ਨਾ, ਉਸ ਦਿਨ ਮੇਰੇ ਅੰਦਰ ਸ਼ੀਤਲਤਾ ਆਈ, ਅਤੇ ਮੈਂ ਧੀ ਨੂੰ ਆਖਿਆ, ਧੀਏ, ਜਿਸ ਗੁਰੂ ਨੇ ਇਹ ਪਾਵਨ ਵਚਨ ਉਚਾਰਨ ਕੀਤੇ ਨੇ, ਤੂੰ ਮੈਨੂੰ ਉਸ ਕੋਲ ਨਹੀਂ ਲੈ ਕੇ ਜਾ ਸਕਦੀ, ਉਹ ਮੈਨੂੰ ਤੁਹਾਡੇ ਪਾਸ ਲੈ ਆਈ। ਮਹਾਰਾਜ, ਇਹ ਸੱਚ ਹੈ, ਮੈਂ ਬੜੀ ਵਾਰ ਉੱਥੇ ਗਿਆ, ਗੰਗਾ ਇਸ਼ਨਾਨ ਕੀਤਾ, ਮੈਂ ਬੜਾ ਕੁਝ ਕੀਤਾ, ਪਰ ਨਾ ਮੇਰਾ ਮਨ ਸ਼ੀਤਲ ਹੋਇਆ, ਨਾ ਮੇਰਾ ਤਨ ਸ਼ੀਤਲ ਹੋਇਆ। ਅਤੇ ਸਤਿਗੁਰੂ ਮਹਾਰਾਜ, ਗੁਰੂ ਅੰਗਦ ਸਾਹਿਬ ਨੇ ਫਿਰ ਕਿਹੜਾ ਮਾਰਗ ਦੱਸਿਆ? ਗੁਰਮਤ ਮਾਰਗ ਕਿਹੜਾ ਹੈ? ਤੀਰਥਾਂ 'ਤੇ ਜਾਣ ਵਾਲਾ ਨਹੀਂ ਹੈ, ਜੰਗਲਾਂ ਵਿੱਚ ਜਾਣ ਵਾਲਾ ਨਹੀਂ ਹੈ, ਸੰਨਿਆਸੀ ਅਤੇ ਤਪੱਸਵੀ ਬਣ ਜਾਣ ਵਾਲਾ ਨਹੀਂ ਹੈ। ਟਿਕ ਕੇ ਇੱਕ ਕਰਤਾਰ, ਇੱਕ ਵਾਹਿਗੁਰੂ ਜੀ, ਅਲੱਖ, ਅਪਾਰ, ਅਗੰਮ, ਅਗੋਚਰ, ਨਾ ਤਿਸ ਕਾਲ ਨਾ ਕਰਮਾਂ, ਜਾਤ ਅਜਾਤ ਅਜੂਨੀ ਸੰਭਉ, ਨਾ ਤਿਸ ਭਾਉ ਨਾ ਬ੍ਰਹਮਾ। ਐਸੀ ਹਸਤੀ ਦੇ ਨਾਲ ਆਪਣੀ ਸੁਰਤੀ ਜੋੜ ਕੇ ਬੈਠ ਜਾਣਾ, ਐਸੀ ਹਸਤੀ ਦੇ ਗੁਣ ਗਾਉਣੇ, ਐਸੀ ਹਸਤੀ ਦੇ ਗੁਣਾਂ ਦੀ ਵਿਚਾਰ ਕਰਨੀ। ਅਮਰਦਾਸਾ, ਬਾਬਾ ਜੀ, ਜੇ ਤੁਸੀਂ ਇਸ ਢੰਗ ਦੇ ਨਾਲ ਚੱਲੋਗੇ ਤਾਂ ਤੁਹਾਨੂੰ ਕੁਛ ਵੀ ਹੋਰ ਬਾਕੀ ਕਰਨ ਦੀ ਲੋੜ ਨਹੀਂ ਪਵੇਗੀ, ਕਿਸੇ ਥਾਂ 'ਤੇ ਜਾਣਾ ਨਹੀਂ ਪਵੇਗਾ, ਨਾ ਕਿਸੇ ਗੰਗਾ 'ਤੇ, ਅਤੇ ਨਾ ਕਿਸੇ ਯਮੁਨਾ 'ਤੇ, ਅਤੇ ਨਾ ਕਿਸੇ ਹੋਰ ਥਾਂ 'ਤੇ, ਕਿਤੇ ਨਹੀਂ ਜਾਣਾ ਪਵੇਗਾ। ਹੁਣ ਅਗਲੀ ਗੱਲ ਜਿਹੜੀ ਹੈ ਨਾ, ਅਸੀਂ ਇੱਥੋਂ ਫਿਰ ਕੁਸ ਜਾਂਦੇ ਹਾਂ, ਉੱਥ ਜਾਂਦੇ ਹਾਂ ਅਸੀਂ। ਕਿੱਥੋਂ ਅਸੀਂ ਕੁਸ ਜਾਂਦੇ ਹਾਂ? ਅਸੀਂ ਔਖੇ ਸੌਖੇ ਹੋ ਕੇ ਉਪਦੇਸ਼ ਸੁਣ ਵੀ ਲਈਏ ਨਾ ਸਤਿਗੁਰਾਂ ਦਾ, ਅਸੀਂ ਧਾਰਨ ਨਹੀਂ ਕਰਦੇ। ਠੀਕ ਹੈ, ਸੁਣ ਲਿਆ, ਮੱਥਾ ਟੇਕ ਲਿਆ, ਪਰਿਕਰਮਾ ਕਰ ਲਈ, ਤੋੜ ਮੱਥੇ 'ਤੇ ਲਾ ਲਈ, ਇਹ ਤਾਂ ਕੰਮ ਕਰ ਲਏ ਅਸਾਂ ਰੋਜ਼। ਪਰ ਜੇ ਸਾਡੇ ਅੰਦਰ ਕਿਤੇ ਇਹੋ ਜਿਹੀ ਭਰਮਣ, ਇਹੋ ਜਿਹੀ ਭਟਕਣ ਜੇ ਕਿਤੇ ਟਿਕੀ ਹੋਈ ਹੈ, ਅਸੀਂ ਛੱਡਣ ਲਈ ਤਿਆਰ ਹਾਂ? ਅਸੀਂ ਮੂਰਤੀਆਂ ਨੂੰ ਮੱਥੇ ਟੇਕੀਏ, ਮੂਰਤਾਂ ਨੂੰ ਮੱਥੇ ਟੇਕੀਏ, ਅਤੇ ਸਤਿਗੁਰੂ ਮਹਾਰਾਜ ਇਸ ਗੱਲ ਦਾ ਮਨ੍ਹਾ ਕਰਨ, ਤੁਸੀਂ ਕਰਤਾਰ ਦਾ ਧਿਆਨ ਕਰੋ, ਅਤੇ ਕਰਤਾਰ ਦੀ ਕੋਈ ਮੂਰਤ ਨਹੀਂ ਹੁੰਦੀ। ਦੱਸੋ, ਵਿਚਾਰ ਕਰੀਏ ਆਪਾਂ ਕਿ ਕਿਸੇ ਵੀ ਚਿਤੇਰੇ ਨੇ, ਕਿਸੇ ਵੀ ਚਿੱਤਰਕਾਰ ਨੇ, ਕਿਸੇ ਵੀ ਮੂਰਤੀਕਾਰ ਨੇ ਰੱਬ ਜੀ ਦੀ, ਵਾਹਿਗੁਰੂ ਜੀ ਦੀ ਕਦੀ ਮੂਰਤੀ ਬਣਾਈ ਹੈ? ਜਿਤਨੀਆਂ ਮੂਰਤੀਆਂ ਬਣੀਆਂ, ਦੇਵੀਆਂ ਦੇਵਤਿਆਂ ਦੀਆਂ ਬਣੀਆਂ, ਜਾਂ ਬੰਦਿਆਂ ਦੀਆਂ ਬਣੀਆਂ, ਮਨੁੱਖਾਂ ਦੀਆਂ ਬਣੀਆਂ? ਹੁਣ ਇੱਕ ਪਾਸੇ ਸਤਿਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਗੁਰੂ ਪਰਮੇਸ਼ਰ ਜੀ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਨਿਰੰਕਾਰ ਨਾਲ ਜੋੜਦੇ ਨੇ, ਜੋ ਅਕਾਲ ਮੂਰਤ ਹੈ,
ਜਿਸ ਦੀ ਮੂਰਤੀ ਹੈ, ਜਿਸ ਦੀ ਹਸਤੀ ਹੈ, ਸਮੇਂ ਦੀ ਪਕੜ ਤੋਂ ਬਾਹਰ, ਉਹ ਇੱਕ ਐਸੀ ਸ਼ਕਤੀ ਹੈ, ਐਸੀ ਹਸਤੀ ਹੈ। ਇਹ ਚਿੱਤਰਕਾਰ ਤਾਂ ਅੱਜ ਹੋਏ ਅਤੇ ਇਹਨਾਂ ਨੇ ਚਿੱਤਰ ਵਾਹ ਦਿੱਤਾ, ਅਤੇ ਕੱਲ੍ਹ ਕੌਣ ਸੀ ਭਲਾ? ਅਤੇ ਤੁਸੀਂ ਕੀ ਸੋਚਦੇ ਹੋ ਬਈ ਇਹਨਾਂ ਦੇ ਚਿੱਤਰ ਬਣਾਏ ਸਦਾ ਕਾਇਮ ਰਹਿਣਗੇ? ਕਿਸੇ ਵੀ ਦਿਨ ਟੁੱਟ ਸਕਦੇ ਨੇ, ਭੱਜ ਸਕਦੇ ਨੇ, ਅਤੇ ਫਿਰ ਤੁਹਾਡੇ ਵਾਹਿਗੁਰੂ ਦਾ ਕੀ ਹਾਲ ਹੋਏਗਾ? ਉਹ ਟੁੱਟਣ ਭੱਜਣ ਵਾਲਾ ਹੈ, ਉਹ ਭੰਜਨ ਗੜਨ ਸਮਰੱਥ। ਉਹ ਤਾਂ ਸਾਰੇ ਸੰਸਾਰ ਨੂੰ, ਸਾਰੇ ਜਗਤ ਨੂੰ ਸਵਾਰਨ ਵਾਲਾ, ਬਣਾਉਣ ਵਾਲਾ, ਚਲਾਉਣ ਵਾਲਾ, ਉਹ ਮਰਦਾ ਮੁੱਕਦਾ ਨਹੀਂ ਹੈ ਵਾਹਿਗੁਰੂ। ਹੁਣ ਕੀ ਸ਼ਬਦ ਕਿਵੇਂ ਵਰਤੀਏ ਗੱਲ ਨੂੰ ਸਮਝਣ ਸਮਝਾਉਣ ਵਾਸਤੇ? ਜੇ ਸਿੱਖ ਮੂਰਤਾਂ ਰੱਖ ਲਵੇ, ਹੁਣ ਖਿਮਾ ਕਰਨਾ, ਪੱਥਰ ਦੀ ਮੂਰਤ ਨਾ ਸਹੀ, ਸੋਨੇ ਦੀ ਮੂਰਤ ਬਣਾ ਕੇ ਆਪਣੇ ਘਰ ਵਿੱਚ ਰੱਖ ਲਵੇ, ਆਪਣੀ ਕਾਰ ਵਿੱਚ ਰੱਖ ਲਵੇ ਅਤੇ ਮੱਥੇ ਟੇਕੇ, ਫਿਰ ਗੱਲ ਠੀਕ ਹੈ? ਪੱਥਰ ਦੀ ਮੂਰਤ ਨੂੰ ਤਾਂ ਮੱਥਾ ਨਹੀਂ ਟੇਕਣਾ, ਪਰ ਸੋਨੇ ਦੀ ਅਸੀਂ ਇੰਨੀ ਮਹਿੰਗੀ ਖਰੀਦੀ, ਉਹਨੂੰ ਮੱਥੇ ਟੇਕਣ ਲੱਗ ਪਵੇ, ਫਿਰ ਠੀਕ ਕਿਵੇਂ ਹੋਵੇਗਾ? ਗੱਲ ਮੂਰਤੀਆਂ ਦੀ ਨਹੀਂ ਹੈ, ਗੱਲ ਪਿਕਚਰਾਂ ਦੀ ਨਹੀਂ ਹੈ, ਇਮੇਜਸ ਦੀ ਨਹੀਂ ਹੈ, ਇਹਨਾਂ ਨੂੰ ਮੱਥੇ ਨਹੀਂ ਟੇਕਣੇ ਹੁੰਦੇ। ਮੱਥਾ ਕਿੱਥੇ ਟੇਕਣਾ ਹੁੰਦਾ ਹੈ? ਵਾਹਿਗੁਰੂ ਜੀ ਦੇ ਸਨਮੁਖ। ਅਸੀਂ ਨਿਤਨੇਮ ਕਰਦੇ ਹਾਂ, ਫਿਰ ਸਾਨੂੰ ਆਗਿਆ ਹੈ ਨਿਤਨੇਮ ਕਰਕੇ ਅਰਦਾਸ ਕਰੋ। ਕਿਸ ਦੇ ਅੱਗੇ ਅਰਦਾਸ ਕਰੋ? ਇੱਕ ਓਅੰਕਾਰ, ਉਸ ਦੇ ਅੱਗੇ ਅਰਦਾਸ ਕਰੋ। ਕਿੱਧਰ ਨੂੰ ਮੂੰਹ ਕਰੀਏ? ਜੇ ਸਨਮੁਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਾ ਹੋਵੇ ਤਾਂ ਕਿਸੇ ਵੀ ਪਾਸੇ ਨੂੰ ਮੂੰਹ ਕਰਕੇ ਤੁਸੀਂ ਅਰਦਾਸ ਕਰੋ। ਕਿਉਂ ਭਲਾ? ਕਿਉਂਕਿ ਵਾਹਿਗੁਰੂ ਜੀ ਸ਼੍ਰੀ ਅਕਾਲ ਪੁਰਖ ਜੀ ਸਾਰਿਆਂ ਪਾਸਿਆਂ ਵਿੱਚ ਵਿਰਾਜਮਾਨ ਨੇ। ਹੁਣ ਦੱਸੋ, ਕੋਈ ਮਨੁੱਖ ਹੈ ਸਾਰੀਆਂ ਥਾਵਾਂ 'ਤੇ? ਕੋਈ ਦੇਵੀ ਦੇਵਤਾ ਹੈ ਸਾਰੀਆਂ ਥਾਵਾਂ 'ਤੇ? ਕੋਈ ਮੂਰਤੀ ਹੈ ਸਾਰੀਆਂ ਥਾਵਾਂ 'ਤੇ? ਆਦਿ ਰੂਪ ਅਨਾਦ ਮੂਰਤੀਆਂ ਜੋਨ ਪੁਰਖ ਅਪਾਰ, ਸਰਬਮਾਨ ਤ੍ਰਿਮਾਣ ਦੇਵ ਅਭੇਵਾਦ ਉਧਾਰ, ਸਰਬ ਪਾਲਕ, ਬੋਲੋ ਸਾਰੇ, ਸਰਬ ਪਾਲਕ, ਸਰਬ ਘਾਲਕ, ਸਰਬ ਕੋ ਪ੍ਰਤਿਪਾਲ, ਜਤਰ ਤਤਰ ਦਿਸ਼ਾ ਵਿਸ਼ਾ। ਹਾਂਜੀ, ਸਭ ਥਾਵਾਂ 'ਤੇ ਅੱਗੇ ਚੱਲ ਕੇ ਮਹਾਰਾਜ ਬਚਨ ਕਰਦੇ ਨਾ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ, ਕੌਣ ਨਾਮ ਕਾਮ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ, ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ। ਉਸ ਦੇ ਪ੍ਰਤੀ ਗੁਰੂ ਦੀ ਇਹੀ ਵਡਿਆਈ ਹੈ, ਇਹ ਸਭ ਤੋਂ ਵੱਡੀ ਵਡਿਆਈ, ਸਭ ਤੋਂ ਵੱਡੀ ਵਡਿਆਈ। ਰਾਗੀ ਸਿੰਘ ਕੀਰਤਨ ਸਰਵਣ ਕਰਵਾ ਰਹੇ ਸਨ, ਇੱਕ ਪੌੜੀ ਵਾਰ ਮੇਰਾ ਧਿਆਨ ਗਿਆ, ਜਦੋਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿੱਤ ਸੇਵਿਐ ਸੁਖ ਪਾਈਐ, ਬਚਨ ਯਾਦ ਨੇ ਤੇ ਬੋਲੋ ਸਾਰੇ, ਜਿੱਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾਕਾਰ ਬੁਰੀ। ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਜਿਸ ਕਰਤਾਰ ਨਾਲ ਜੁੜ ਕੇ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਉਸ ਦੀ ਸਦਾ ਸੰਭਾਲ ਕਰਨੀ ਚਾਹੀਦੀ ਹੈ, ਅਤੇ ਆਪਣੀਆਂ ਜਿਹੜੀਆਂ ਵਾਦੀਆਂ ਨੇ, ਆਪਣੀਆਂ ਆਦਤਾਂ ਨੇ, ਉਹਨਾਂ ਨੂੰ ਤਿਆਗਣਾ ਚਾਹੀਦਾ ਹੈ। ਜਿੱਤ ਕੀਤਾ ਪਾਈਆ ਆਪਣਾ, ਭਾਵ ਦੁੱਖ ਪਾਈਏ, ਸਾਕਾਲ ਬੁਰੀ ਕਿਉਂ ਕਹਲੀਐ, ਅਰ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ। ਧਿਆਨ ਕਰਕੇ ਚੱਲੋ, ਅੱਜ ਤੁਸੀਂ ਕਰੋਗੇ, ਕੱਲ੍ਹ ਨੂੰ ਤੁਹਾਡੇ ਬੱਚੇ ਵੀ ਐਵੇਂ ਕਰਨਗੇ। ਉਹ ਕਹਿਣਗੇ ਬਾਬਾ ਜੀ ਕਰਦੇ ਹੁੰਦੇ ਸਨ, ਪਿਤਾ ਜੀ ਕਰਿਆ ਕਰਦੇ ਸਨ, ਮਾਤਾ ਜੀ ਐਵੇਂ ਕਰਿਆ ਕਰਦੇ ਸਨ, ਅਤੇ ਗੱਲ ਤਾਂ ਠੀਕ ਹੈ ਨਾ। ਹੁਣ ਉਹਨਾਂ ਦੇ ਅੰਦਰ ਇੱਕ ਭਾਵਨਾ ਬਣੀ ਹੈ ਕਿ ਮੇਰੀ ਮਾਂ ਜਾਂ ਮੇਰਾ ਬਾਪ ਜੋ ਕਰ ਰਿਹਾ, ਠੀਕ ਕਰ ਰਿਹਾ ਹੈ, ਇਹ ਤਾਂ ਗੁਰੂ ਸਾਹਿਬ ਜੀ ਦੀ ਆਗਿਆ ਅਨੁਸਾਰ ਚੱਲਦਾ ਹੈ। ਕਰਤਾਰ ਕਿਰਪਾ ਕਰੇ ਕਿ ਸਾਡਾ ਬੱਚਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੀ ਲੱਗੇ, ਬਾਣੀ ਦੀ ਵਿਚਾਰ
विचार करन लग पवे उनू समझ आ जावे नहीं सच तां ऐ जे गुरु साहब कहिंदे पए ने मेरे पापा जी तां गलत करिया करदे सन मेरे माता जी तां गलत करिया करदे सन भावें गुरद्वारे ही जांदे सन। धन गुरु अमरदास महाराज सच्चे पातशाह जी ने ना साढ़े सुभा की इस कमजोरी को बड़े दृढ़ता दे नाल साढ़े अंदरों कढ़ना चाहिया। कहन लगे देखो मैं आया हजूरी दे विच ते साढ़े आया महाराज गुरु अंगद साहब ने यह वचन किते ते असां ने सत करके मन लै। कहन लगे तुसी भी मन लो मन मेरे गुर की मन लै रजाए ते फिर तू पुछेगा मिलदा की है मन तन सीतर सब थी है हरि नाम वसै मन आए रबी याद हिरदे विच वसदी है। तैनू एहसास होवेगा आपे कारण करता करे सृष्ट देखै आप उपाए ए सारे जगत दा करनहार कौन है करतार कादे नाल करदा है। हुण एक सवाल पैदा होवेगा कादे नाल करदा है। वाहिगुरु कल ना यूके दे विच एक डॉक्टर चलाना कर गया खबर आई पता लगा रॉ जेंकिन उसका नाम सी ते बहुत यंग एज विच सी जिस वेले ना उनका शरीर सारा मसल्स उनके डेड होंदे गए ते 74 वरियां की उम्र पो के वह कल चलाना कर गया। बड़ा तकड़ा साइंटिस्ट सी भावें उनके मसल्स इन्ने कमज़ोर हो गए सन भी तुर नहीं सकता सी बह नहीं सकता सी कुछ नहीं कर सकता सी बिल्कुल कुछ नहीं कर सकता सी पर उनका दिमाग चलता सी। कुछ उन्हें कंप्यूटर यो जिहा कढ लिया भी जिहड़ा कुछ उनके दिमाग विच आउंदा सी ना वह कंप्यूटर लिखी जाता सी। मापे तो असी इधर उधर सारे पढ़ लेंदे सां बई जिहड़ा जेंकिन है वह यह कह रहा है उन्हें गल की आखी एक शोधे ने एक विज्ञानी तो सी एक साइंटिस्ट तो सी लेकिन गुरु का सिख नहीं सी। वो एडे सियाने बंदे ने जिन्हों आइनस्टीन दे बाबत मनिया गया एडा दिमागी इंटैलीजेंट बंदा सी वो कहता है रब कोई नहीं है रचना करन वाला कोई नहीं है ये सब कुछ बंदिया ने किया है। लो ये सब कुछ बंदिया ने किया है गल केवल जेंकिंस की नहीं है साढ़े इस मुल्क दे विच अनेक ऐसे मतां वाले होए ने जिहड़े कहिंदे ने जीव जीव ते होत है कास कास ते होए वो कहिंदे ने बंदिया तो बंदे होंदे ने ते घा तो घा पैदा हुंदा है रब कौन हुंदा विच करन वाला इत्थे भी हैगे ने मत डिफरेंट डिफरेंट थॉट्स वाले हैगे ने लेकिन सतगुरु महाराज सवाल करते ने बंदियां तो बंदा होया ते का तो का होया पर पुरशा जे तेन पूछया जावे भी का कादे तो पहला होया ते बंदा कादे तो पहला बनया तो तेरे को की उत्तर है। ये तेन सवाल किया जावे कि का तो का होया ते बंदे तो बंदा होया पर यह बंदा कादे तो बनया ते का कादे तो बनया। महाराज सतगुरु जी गुरु नानक साहब ने साड़ी झोली दे विच ना ये उपदेश पाया है। उन्होंने जदों आखिया कहन लगे तुसी इस चक्कर विच ना पियो जे कि सृष्टि किवें बनी ते कदों बनी इस चक्कर च ना पायो जे जां करता सिरठी कौ साजे आपे जाणै सोई के वकार या खां। नानक तां एवें चलता है के वकार या खां के वसाला ही क्यों वरनी के वजाना नानक बंदियां दियां गल्लां आखण सब को आख है एक दू एक सियाणा पर वो वड्डा साहिब वड्डी नाई कीता जंका होवै वाह वाह उसकी नाई नाम है वड्याई का उसकी वड्याई बहुत वड्डी है।
ਅਸੀਂ ਤਾਂ ਬੰਦੇ ਹਾਂ ਸਾਰਿਆਂ ਦੇ ਕੀਤੇ ਹੋਏ, ਕੀਤਾ ਜੰਕਾ ਹੋਵੇ ਉਹ ਸਾਡਾ ਕਰਨਹਾਰ। ਅਤੇ ਗੁਰੂ ਬਾਬਾ ਜੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਮੇਰੇ ਸਤਿਗੁਰਾਂ ਨੇ ਮੈਨੂੰ ਸਮਝਾਇਆ ਸਾਰੇ ਜਗਤ ਦਾ ਜੋ ਕਰਨਹਾਰ ਹੈ, ਅਤੇ ਕਰਨਹਾਰ ਹੈ ਅਤੇ ਕਾਰਨ ਵੀ ਉਹ ਆਪ ਹੀ ਹੈ। ਸ੍ਰਿਸ਼ਟੀ ਉਪਾਏ ਪ੍ਰਭ ਖੇਲ ਕੀਆ, ਆਪ ਹੀ ਉਹਨੇ ਤੱਤਾਂ ਨੂੰ ਤੱਤਾਂ ਦੀ ਰਚਨਾ ਰਚੀ। ਇਹ ਅੱਗ ਪਾਣੀ ਕਿਸਨੇ ਬਣਾਏ? ਕਰ ਸੂਰਜ ਚੰਦ ਚਾਨਣ, ਸੂਰਜ ਬਣਾਏ ਚੰਦਰਮਾ ਬਣਾਏ, ਚਾਨਣ ਕਰ ਦਿੱਤਾ, ਧਰਤੀ ਬਣਾ ਦਿੱਤੀ, ਆਸਮਾਨ ਬਣਾ ਦਿੱਤਾ, ਅੱਗ ਬਣਾ ਦਿੱਤੀ, ਬਨਸਪਤੀ ਬਣਾ ਦਿੱਤੀ, ਪਹਾੜ ਬਣਾ ਦਿੱਤੇ, ਸਭ ਕੁਝ ਬਣਾ ਦਿੱਤਾ ਅਤੇ ਸਾਰੀ ਰਚਨਾ ਰਚ ਦਿੱਤੀ। ਆਪੇ ਕਾਰਨ ਕਰਤਾ ਕਰੇ ਔਰ ਫਿਰ ਸ੍ਰਿਸ਼ਟੀ ਦੇਖੇ ਆਪ ਉਪਾਏ। ਸਭ ਏਕੋ ਏਕੋ ਵਰਤਦਾ ਅਲਖ ਨ ਲਖੇ ਆ ਜਾਏ। ਅਤੇ ਯਾਦ ਰੱਖਿਓ ਜੇ ਇਹ ਸਾਰਾ ਕੁਝ ਪੈਦਾ ਕਰਕੇ ਅਤੇ ਸਭਨਾ ਦੇ ਵਿੱਚ ਉਹ ਆਪ ਬੈਠਾ ਹੋਇਆ ਹੈ, ਜਿਸ ਦੀ ਵਡਿਆਈ ਕਹੀ ਨਹੀਂ ਜਾ ਸਕਦੀ। ਆਪੇ ਪ੍ਰਭੂ ਦਇਆਲ ਹੈ ਆਪੇ ਦੇ ਬੁਝਾਏ। ਪ੍ਰਭੂ ਜੀ ਦਇਆਲੂ ਨੇ, ਜਿਹੜੇ ਆਪ ਹੀ ਦਇਆ ਕਰਕੇ ਬੰਦਿਆਂ ਨੂੰ ਸੋਝੀ ਦਿੰਦੇ ਨੇ। ਗੁਰਮਤੀ ਸਾਧ ਮਨ ਵਸਿਆ ਸੱਚ ਰਹੇ ਲਿਵ ਲਾਏ। ਅਤੇ ਸੋਝੀ ਕਿਵੇਂ ਦਿੰਦੇ ਨੇ? ਗੁਰਮਤੀ, ਗੁਰੂ ਦੀ ਮਤ ਅਨੁਸਾਰ। ਮੈਂ ਪਿਛਲੇ ਹਫ਼ਤੇ ਵੀ ਬੇਨਤੀ ਕਰਦਿਆਂ ਹੋਇਆਂ ਮੈਂ ਆਖਿਆ ਸੀ, ਗੁਰਮਤੀ, ਗੁਰਪ੍ਰਸਾਦੀ, ਗੁਰਸ਼ਬਦੀ ਭਾਵ ਦੱਦਿਆਂ ਨੂੰ ਸਿਹਾਰੀਆਂ ਬਿਹਾਰੀਆਂ ਹੋਣ ਤਾਂ ਬਿੰਦੀ ਨਹੀਂ ਲਾਉਣੀ, ਸਿਹਾਰੀ ਹੋਵੇ ਤਾਂ ਬਿੰਦੀ ਵੈਸੇ ਲੱਗਦੀ ਨਹੀਂ, ਅਸੀਂ ਨਹੀਂ ਲਾਉਂਦੇ। ਜਿਵੇਂ ਗੁਰਪ੍ਰਸਾਦ, ਗੁਰਸ਼ਬਦ, ਹਾਂਜੀ, ਅਸੀਂ ਨਹੀਂ ਲਾਉਂਦੇ। ਗੁਰਮਤ ਅਸੀਂ ਸ਼ਬਦ ਅਸੀਂ ਬਿੰਦੀ ਨਹੀਂ ਲਾਉਂਦੇ, ਪਰ ਜਦੋਂ ਅਸੀਂ ਬਿਹਾਰੀ ਲਗਾਉਂਦੇ ਹਾਂ ਇੱਥੇ ਅਤੇ ਗੁਰਮਤੀ ਅਤੇ ਗੁਰਮਤੀ ਅਸੀਂ ਕਰ ਲਈਏ, ਗੁਰਪ੍ਰਸਾਦੀ ਅਸੀਂ ਕਰ ਲਈਏ, ਗੁਰਸ਼ਬਦੀ ਅਸੀਂ ਕਰ ਲਈਏ, ਅਤੇ ਇਸ ਦਾ ਅਰਥ ਹੋਵੇਗਾ ਗੁਰੂ ਦੀਆਂ ਮਤਾਂ ਅਨੁਸਾਰ, ਗੁਰੂ ਦੇ ਸ਼ਬਦਾਂ ਅਨੁਸਾਰ, ਗੁਰੂ ਦੀਆਂ ਕਿਰਪਾਵਾਂ ਦੇ ਦੁਆਰਾ। ਗੱਲ ਬਣਦੀ ਐਵੇਂ? ਗੁਰੂ ਦੀ ਮਤ ਅਨੁਸਾਰ, ਗੁਰੂ ਦੇ ਸ਼ਬਦ ਅਨੁਸਾਰ, ਗੁਰੂ ਦੀ ਕਿਰਪਾ ਦੇ ਅਨੁਸਾਰ। ਇਸ ਲਈ ਇੱਥੇ ਬਿੰਦੀ ਦਾ ਉਚਾਰਨ ਨਹੀਂ ਹੁੰਦਾ। ਗੁਰਮਤੀ ਸਾਧ ਮਨ ਵਸਿਆ, ਔਰ ਬਿਹਾਰੀ ਜਿਹੜੀ ਹੈ ਨਾ, ਇਹ ਕਵਿਤਾ ਦੇ ਵਿੱਚ ਇੱਕ ਮਾਤਰ ਦਾ ਰੂਪ ਹੁੰਦੀ ਹੈ ਐਕਸਟਰਾ, ਜਿੱਥੇ ਸਤਿਗੁਰਾਂ ਨੂੰ ਲੋੜ ਪਈ ਉੱਥੇ ਉਹਨਾਂ ਨੇ ਵਰਤੀ। ਭਾਵ ਕੀ ਹੈ? ਕਰਤਾਰ ਸਭ ਸਾਜਣਾ ਸਾਜਣ ਵਾਲਾ ਹੈ। ਬੰਦੇ ਐਵੇਂ ਭਟਕਦੇ ਨੇ, ਇੱਧਰ ਉੱਧਰ ਵੇਖਦੇ ਨੇ, ਕੋਈ ਚੰਦਰਮਾ ਨੂੰ ਮੱਥੇ ਟੇਕੇਗਾ, ਕੋਈ ਸੂਰਜ ਨੂੰ ਮੱਥੇ ਟੇਕੇਗਾ, ਕੋਈ ਪਾਣੀ ਨੂੰ ਮੱਥੇ ਟੇਕੇਗਾ, ਕੋਈ ਧਰਤੀ ਦਾ ਪੂਜਨ ਕਰੇਗਾ, ਕੋਈ ਕੁਝ ਹੋਰ ਕਰੇਗਾ। ਵਾਹਿਗੁਰੂ, ਬੀਤੇ ਦੀਆਂ ਗੱਲਾਂ ਨੇ ਕਿ ਅੱਜ ਦੀਆਂ ਵੀ ਇਹ ਗੱਲਾਂ ਹੈਗੀਆਂ ਨੇ? ਮੈਨੂੰ ਤਾਂ ਕਿਤੇ ਕਿਤੇ ਨਜ਼ਰ ਆਉਂਦਾ ਹੈ, ਜੇ ਮੈਂ ਇਉਂ ਆਖਾਂ ਕਿ 100 ਵਿੱਚੋਂ 99 ਸਿੱਖ ਨਹੀਂ ਕਰਦੇ, ਗੱਲ ਮੰਨੀ ਜਾ ਸਕਦੀ ਹੈ। 1000 ਵਿੱਚੋਂ 999 ਇਵੇਂ ਨਹੀਂ ਕਰਦੇ, ਇਹ ਵੀ ਗੱਲ ਮੰਨੀ ਜਾ ਸਕਦੀ ਹੈ। ਲੇਕਿਨ ਜਿਹੜਾ ਕੋਈ 100 ਪਿੱਛੇ ਇੱਕ ਕਰਦਾ ਹੈ, 1000 ਪਿੱਛੇ ਇੱਕ ਕਰਦਾ ਹੈ, ਲੱਖ ਪਿੱਛੇ ਇੱਕ ਕਰਦਾ ਹੈ, ਤਾਂ ਕਿਉਂ ਕਰਦਾ ਹੈ? ਸਿੱਖ ਨਹੀਂ ਹੈ ਉਹ, ਉਸਨੇ ਸਤਿਗੁਰਾਂ ਦੀ ਸਿੱਖਿਆ ਨੂੰ ਸਮਝਿਆ ਨਹੀਂ ਹੈ। ਭੈ ਵਿੱਚ ਸੂਰਜ, ਵਾਹਿਗੁਰੂ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਸੁਣਿਆ ਨਹੀਂ ਉਹਨੇ? ਅਤੇ ਭੈ ਕਿਹਦੇ ਵਿੱਚ, ਕਿਸ ਦੇ ਭੈ ਦੇ ਵਿੱਚ? ਇੱਕ ਕਰਤਾਰ ਦੇ ਭੈ ਦੇ ਵਿੱਚ। ਉਹ ਇਹੀ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਦਿਆਲਤਾ ਹੈ ਮਨੁੱਖਤਾ ਦੇ ਉੱਪਰ, ਕਿ ਸਾਨੂੰ ਇੱਧਰੋਂ ਉੱਧਰੋਂ ਹਟਾ ਕੇ ਨਾ ਬਸ ਉਸ ਕਰਤਾਰ ਨਾਲ ਜੋੜ ਦਿੱਤਾ, ਅਤੇ ਕਹਿਣ ਲੱਗੇ ਸਿੱਧੇ ਨਾਥੋ ਆਦੇਸ਼ ਤੇ ਸਹਿ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ,
सतगुरु महाराज गुरु अमरदास जी ने फिर फरमाया, जिन कर कारण धारे, जिसने सबब बना के इस जगत नू बनाया, जिया नू बनाया, सोई सार करे, संभाल भी ओही करता है। गुरु कै शब्द पछाणी है, पछाण किवें आउंदी है, भी ओही करदा पिया है। कहन लगे ये सतगुरु महाराज सानू समझाउंदे ने, चेता रखियो जे आपां शाम नू जदों जुड़दे हाँ, रहराज साहब का पाठ करते हाँ सोदर का, तो सतगुरु महाराज गुरु अर्जन साहब जी का पावन वचन, मेरे माधव जी सतसंगत मिले सो तरिया, गुर प्रसाद परम पद पाया सूके काष्ट हरिया। जेडे असी भटकणा विच तुरे फिरदे सुके जाए पैसाना, वो अयों हरे भरे हो गए, जिमें कोई ना सुका होया रुख हरिया भरिया हो जाता है। साढ़े जीवन की अवस्था वधिया बन गई, पर कित्थे बनी ते कदों बनी, ये बनी संगत विच ते बनी सतगुरां दे उपदेश नाल। ते उपदेश देंदे ने जनन पिता लोक सुत बनिता, आखो सारे, जनन पिता लोक सुत बनिता, कोए ना किस की तरिया, सिर सिर रिजक संभाहे ठाकुर काहे मन भौ करिया। कोई माँ आखे कोई बाप आखे, असी इहनू ना संभालदे ते इहने मर मुक जाणा सी। वाहिगुरू, मुंडे तकड़े हो गए, माँ बाप बुढ़े हो गए, मुंडे आखण होण असी ना संभीए इहनां नू, इन्हां ने रुल खुल के मर जाना है। सतगुरु महाराज हसदे ने, बंदियां दीयां गल्लां देखो कि इहो जिहियां करदे, इह कदी प्यो बन के इहदियां गल्लां करदे ने, ते कदी पुत्तर बन के इहो जिहियां गल्लां करदे ने। इह भुल ही जांदे ने ना माँ ना बाप ना जहान ना इस्त्री ना पति ना पुत्र ना धी ना भरा, कोई ना किसकी तरिया, कोई किसी के आसरे ते नहीं। जे हैगा किस दे आसरे ते है, जिसने जिन कर कारण धारिया, जिन्हें बनाए ने सोई सार करे, कोई ना किसकी तरिया, ओ सिर सिर रिजक संभाहे ठाकुर काहे मन भौ करिया। साहब जी ने अज भी आखिया, सेजन शब्दे सोहणे, ओ बंदे चंगे जीवन वाले हो जाते ने। तित सच्चा दरबार वाहिगुरू जी दे दर ते, गुरमुख सच्चा है शब्द रते, आप मेले करतार। केड़े बंदे जिन्हां ने गुरमत नूं पल्ले बद्धा, जेड़े शब्द विच रंगे गए। मानयोग प्रिंसीपल हरभजन सिंह होनी आखिया करदे सन, शहीद सिख मिशनरी कॉलेज दे प्रिंसीपल रहे, चलाना कर गए बहुत समा पहला। कहन लगे, पुत्रो साड़ी अकल है छोटी जी, छोटी जी अकल दे विच ना सारा कुछ नहीं जे आ सकता। जे तां तुहानू अज गुरु दी गल समझ विच आ गई है ते सत करके मन लो। कहिंदे ने जे नहीं भी समझ विच आई ना, तां भी सत करके मन लो, अज समझ नहीं आई ते किसे दिन फिर आ जावेगी, अज समझ नहीं आई ते किसे दिन फिर आ जावेगी समझ। हजूर ने आख्या, महाराज ने, कहन लगे गुरमुख सच्चा शब्द रते, जेड़े गुरु प्यारे इस पासे तुर पै भी मेरे सतगुरां दा तां इह फुरमान है और ये सच है। आप मेले करतार, करतार ने उन्होंने आप मिला लिया। गुरमती सच सलाहाना, जिस दा अंत न पारा वार। गुरमत अनुसार करतार दी सिफत सदा करनी चाहीदी है, जो बेअंत है। घट घट आपे हुक्म वसै, हुक्में करे विचार।
ਦੇ ਹਿਰਦੇ ਵਿੱਚ ਉਸ ਦਾ ਹੁਕਮ ਚੱਲਦਾ ਹੈ, ਸਾਰਿਆਂ ਦੇ ਹਿਰਦੇ ਵਿੱਚ। ਔਰ ਆਪ ਹੀ ਆਪਣੇ ਹੁਕਮ ਨੂੰ ਵਰਤਾਉਂਦਾ ਹੈ, ਹੁਕਮ ਵਰਤਦਾ ਹੈ, ਵਸਦਾ ਹੈ, ਵਰਤਾਉਂਦਾ ਹੈ, ਲਾਗੂ ਕਰਦਾ ਹੈ। ਗੁਰ ਸ਼ਬਦ ਦੀ ਸਾਲਾ ਹੀ ਹੈ ਹਉ ਮੈਂ ਵਿੱਚੋਂ ਖੋਏ। ਅਸੀਂ ਗੁਰੂ ਕੇ ਕੀ ਕਰੀਏ, ਗੁਰਮਤ ਅਨੁਸਾਰ ਉਸ ਦੀ ਸਿਫਤ ਸਲਾਹ ਕਰੀਏ। ਇੱਕ ਨੁਕਤਾ ਨਾ ਮਹਾਰਾਜ ਨੇ ਵਾਰ ਵਾਰ ਉਭਾਰਿਆ ਹੈ। ਦੇਖੋ, ਸੰਨਿਆਸੀ ਵੀ ਉਹਦੀ ਸਿਫਤ ਕਰਦੇ ਨੇ, ਵੈਰਾਗੀ ਵੀ ਉਹਦੀ ਸਿਫਤ ਕਰਦੇ ਨੇ, ਮੁਸਲਮਾਨ ਵੀ ਉਹਦੀ ਸਿਫਤ ਕਰਦੇ ਨੇ, ਈਸਾਈ ਵੀ ਉਹਦੀ ਸਿਫਤ ਕਰਦੇ ਨੇ, ਅਤੇ ਤੁਸੀਂ ਵੀ ਉਹਦੀ ਸਿਫਤ ਕਰਨੀ ਹੈ। ਚਲੋ ਬਾਕੀ ਸਾਰੇ ਨਹੀਂ ਕਰਦੇ, ਪਰ ਸਿੱਖ ਨੇ ਕਰਨੀ ਹੈ ਨਾ। ਪਰ ਸਤਿਗੁਰਾਂ ਨੇ ਇੱਕ ਗੱਲ ਸਮਝਾਈ, ਹੁਣ ਤੁਸੀਂ ਇਹ ਚੇਤਾ ਰੱਖਿਓ ਜੇ ਵੀ ਤੁਸੀਂ ਸੰਨਿਆਸੀਆਂ ਵਾਂਗ ਸਿਫਤ ਕਰਨੀ ਹੈ, ਯੋਗੀਆਂ ਵਾਂਗ ਸਿਫਤ ਕਰਨੀ ਹੈ, ਕਿ ਈਸਾਈਆਂ ਅਤੇ ਮੁਸਾਈਆਂ ਵਾਂਗ ਸਿਫਤ ਕਰਨੀ ਹੈ, ਕਿ ਗੁਰੂ ਨਾਨਕ ਵਾਂਗ ਸਿਫਤ ਕਰਨੀ ਹੈ, ਕਿਵੇਂ ਸਿਫਤ ਕਰਨੀ ਹੈ? ਕਹਿੰਦੇ ਨੇ ਉਸ ਦੀ ਸਿਫਤ ਸਲਾਹ ਆਪਾਂ ਨੇ ਕਰਨੀ ਹੈ, ਜਿਵੇਂ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ, ਅਤੇ ਆਪਣੀਆਂ ਜ਼ਿਦਾਂ, ਆਪਣੇ ਹੱਠ, ਆਪਣੀ ਹਉਮੈ ਛੱਡ ਕੇ। ਸਾ ਧਨ ਨਾਮੈ ਬਹਾਰੀ ਅਵਗਣ ਬੰਤੀ ਰੋਏ। ਜਿਹੜੀ ਜੀਵ ਇਸਤਰੀ ਹਉਮੈ ਨਾਲ ਹੀ ਚੰਬੜੀ ਰਹੀ ਵੀ ਮੈਂ ਤਾਂ ਇਵੇਂ ਹੀ ਕਰਨਾ ਹੈ, ਉਹਦੇ ਵਿੱਚ ਗੁਣ ਨਹੀਂ ਆਉਂਦੇ। ਫਿਰ ਗੁਣਵੰਤੀ ਹੁੰਦੀ ਹੈ ਗੁਣਾਂ ਵਾਲੀ, ਔਗਣਵੰਤੀ ਹੁੰਦੀ ਹੈ ਔਗਣਾਂ ਵਾਲੀ, ਅਤੇ ਔਗਣ ਜਿਹੜੇ ਨੇ ਔਗਣਾਂ ਦੇ ਵਸ ਪਏ ਹੋਏ ਬੰਦੇ ਰੁੰਦੇ ਹੀ ਰੁੰਦੇ ਨੇ, ਹੋਰ ਕੀ ਹੁੰਦਾ ਹੈ? ਅੰਤਮ ਪਦ, ਸੱਚ ਸਲਾਹੀ ਸੱਚ ਲੱਗਾ ਸੱਚੈ ਨਾਏ ਤ੍ਰਿਪਤ ਹੋਏ। ਇਉਂ ਜਾਪਦਾ ਹੈ ਜਿਵੇਂ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਸੁਝਾਅ ਦੇ ਰਹੇ ਨੇ। ਇਉਂ ਬੇਨਤੀ ਕਰੋ, ਹੇ ਵਾਹਿਗੁਰੂ ਜੀ ਤੁਸੀਂ ਸਾਡੇ 'ਤੇ ਕਿਰਪਾ ਕਰੋ, ਸਾਨੂੰ ਗੁਰੂ ਨੇ ਗੱਲ ਤਾਂ ਸਮਝਾ ਦਿੱਤੀ ਹੈ, ਲੇਕਿਨ ਅਸੀਂ ਆਪਣੇ ਜੀਵਨ ਵਿੱਚ ਲੈ ਕੇ ਤਦੇ ਹੀ ਚੱਲ ਸਕਦੇ ਹਾਂ ਜੇ ਤੁਸੀਂ ਕਿਰਪਾ ਕਰੋ ਤਾਂ। ਕੀ ਅਸੀਂ ਮੰਗ ਕਰਦੇ ਹਾਂ? ਸੱਚ ਸਲਾਹੀ ਮੈਂ ਤੁਹਾਡੀ ਸਿਫਤ ਕਰਾਂ, ਸੱਚ ਲੱਗਾਂ ਤੁਹਾਡੇ ਨਾਲ ਜੁੜਿਆ ਰਹਾਂ, ਸੱਚੈ ਨਾਏ ਤ੍ਰਿਪਤ ਹੋਏ, ਅਤੇ ਤੁਹਾਡੀ ਸਿਫਤ ਸਲਾਹ ਕਰਦਾ ਹੀ ਮੈਂ ਰੱਜਾਂ। ਆਪਾਂ ਅਰਦਾਸ ਕਰਨੀ ਹੈ ਨਾ ਹੁਣ, ਫਿਰ ਸਵੇਰੇ ਵੀ ਕੀਤੀ ਹੁਣ ਵੀ ਕਰਨੀ ਹੈ, ਸਦਾ ਹੀ ਕਰਦੇ ਹਾਂ, ਅਤੇ ਇਹ ਪਦ ਚੇਤਾ ਹੀ ਰੱਖਿਓ ਜੇ ਅਸੀਂ ਕਿਉਂ ਮੰਗਦੇ ਹਾਂ। ਸਿੱਖਾਂ ਨੂੰ ਸਿੱਖੀ ਦਾਨ, ਧਿਆਨ ਕਰੀਏ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਅਸੀਂ ਇਹ ਮੰਗ ਕਰਦੇ ਹਾਂ। ਪ੍ਰਿੰਸੀਪਲ ਸਾਹਿਬ ਨਾ ਤਾਰਨ ਸਿੰਘ ਜੀ ਹੋਣੀ ਬੜੇ ਪਿਆਰ ਨਾਲ ਗੱਲ ਨੂੰ ਸਮਝਾਉਂਦੇ ਨੇ, ਕਹਿੰਦੇ ਨੇ ਦੇਖੋ ਸਾਨੂੰ ਪਤਾ ਤਾਂ ਹੈ ਨਾ, ਅਸੀਂ ਸਿੱਖ ਹਾਂ, ਸਿੱਖੀ ਦ੍ਰਿੜ ਕਰੀਏ, ਅਸੀਂ ਸਿੱਖ ਹਾਂ, ਅਸੀਂ ਕੇਸਾਂ ਦੀ ਸੰਭਾਲ ਕਰਨ ਵਾਲੇ ਹੋਈਏ, ਅਸੀਂ ਸਿੱਖ ਹਾਂ, ਅਸੀਂ ਨਾਮ ਜਪੀਏ, ਪਰਮੇਸ਼ੁਰ ਨਾਲ ਜੁੜੇ ਰਹੀਏ, ਅਸੀਂ ਸਿੱਖ ਹਾਂ, ਅਸੀਂ ਅੰਮ੍ਰਿਤਸਰ ਵਿੱਚ ਇਸ਼ਨਾਨ ਕਰੀਏ। ਕਹਿੰਦੇ ਨੇ ਪਰ ਅਰਦਾਸ ਕਿਉਂ ਕਰਦੇ ਹਾਂ ਅਸੀਂ? ਅਰਦਾਸ ਇਸ ਲਈ ਕਰਦੇ ਹਾਂ ਕਿ ਵਾਹਿਗੁਰੂ ਜੀ ਕਿਰਪਾ ਕਰਨ, ਅਤੇ ਬੰਦੇ ਫਿਰ ਹੀ ਕਰ ਸਕਦੇ ਨੇ। ਸਮਰੱਥਾ ਵਾਹਿਗੁਰੂ ਜੀ ਦਿੰਦੇ ਨੇ, ਸੋਝੀ ਵਾਹਿਗੁਰੂ ਜੀ ਦਿੰਦੇ ਨੇ, ਸਮਾਂ ਵਾਹਿਗੁਰੂ ਜੀ ਦਿੰਦੇ ਨੇ, ਅਤੇ ਸਤਸੰਗ ਸਬੱਬ ਵਾਹਿਗੁਰੂ ਜੀ ਦਿੰਦੇ ਨੇ। ਆਖਿਆ ਗੁਣ ਵਿਚਾਰੀ ਗੁਣ ਸੰਗ੍ਰਹਾਂ, ਮੈਂ ਆਪ ਜੀ ਦੇ ਗੁਣਾਂ ਦੀ ਵਿਚਾਰ ਕਰਾਂ, ਮੈਂ ਗੁਣਾਂ ਦੀ ਸੰਭਾਲ ਕਰਾਂ, ਅਵਗੁਣ ਕੱਢਾਂ ਧੋਏ, ਅਤੇ ਮੈਂ ਆਪਣੇ ਜੀਵਨ ਵਿੱਚੋਂ ਨਾ ਸਾਰੇ ਔਗੁਣ ਕੱਢ ਦਿਆਂ। ਦੇਖੋ ਹੁਣ ਇੰਟੈਂਸ਼ਨ ਹੈਗੀ ਹੈ ਕਿ ਮੈਂ ਔਗੁਣ ਕੱਢਣੇ ਚਾਹੁੰਦਾ ਹਾਂ, ਪਰ ਨਾਲ ਬੇਨਤੀ ਕਰਦੇ ਹਾਂ ਅਸੀਂ ਕਿ ਕਿਰਪਾ ਤੁਸੀਂ ਕਰੋ ਜੀ। ਡਾਕਟਰ ਇਕਬਾਲ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖ ਕੇ ਅਤੇ ਸਮਾਪਤੀ ਕਰਦੇ ਹਾਂ। ਮਾਣਯੋਗ ਜੀ ਲਿਖ
ਲਿਖਦੇ ਨੇ ਇੱਕ ਥਾਂ 'ਤੇ, ਕਹਿੰਦੇ ਨੇ ਅਮਲ ਸੇ ਜ਼ਿੰਦਗੀ ਬਣਤੀ ਹੈ, ਜੰਨਤ ਵੀ ਜਹੰਨਮ ਵੀ, ਇਹ ਖਾਕੀ ਆਪਣੀ ਫਿਤਰਤ ਮੇਂ ਨਾ ਨੂਰੀ ਹੈ ਨਾ ਨਾਰੀ। ਅਮਲ ਸੇ ਜ਼ਿੰਦਗੀ ਬਣਤੀ ਹੈ ਭਾਵ ਕਰਮਾਂ ਨਾਲ, ਚੰਗੇ ਕਰਮ ਕਰਨ 'ਤੇ ਜ਼ਿੰਦਗੀ ਬਣਦੀ ਹੈ। ਇਹ ਖਾਕੀ ਆਪਣੀ ਫਿਤਰਤ ਸੇ, ਫਿਤਰਤ ਮੇਂ ਆਪਣੇ ਸੁਭਾਅ ਕਰਕੇ ਨਾ ਨੂਰੀ ਹੈ ਨਾ ਨਾਰੀ। ਇੱਥੇ ਨਾਰੀ ਫਾਰਸੀ ਵਿੱਚ ਆਖਿਆ ਜਾਂਦਾ ਹੈ ਅੱਗ ਨੂੰ, ਅਤੇ ਨੂਰ ਰੱਬੀ ਨੂਰ, ਨਾ ਤਾਂ ਇਹ ਨੂਰ ਤੋਂ ਹੈ ਅਤੇ ਨਾ ਅੱਗ ਤੋਂ ਹੈ। ਚਲੋ ਉਹਨਾਂ ਦਾ ਖਿਆਲ ਹੈ, ਇਹ ਗੱਲ ਦ੍ਰਿੜ ਕਰਵਾਉਣੀ ਚਾਹੀ ਕਿ ਬੰਦੇ ਆਪਣੇ ਕਰਮ ਅੱਛੇ ਕਰਨ ਅਤੇ ਉਹਨਾਂ ਦੀ ਮੰਜ਼ਿਲ ਠੀਕ ਹੋ ਜਾਏ। ਇੱਕ ਗੁਰੂ ਕਾ ਸਿੱਖ ਬਲਜੀਤ ਸਿੰਘ, ਉਸਨੇ ਇਸ ਸ਼ੇਰ ਨੂੰ ਪੜ੍ਹਿਆ ਅਤੇ ਕਹਿਣ ਲੱਗਾ ਸਾਨੂੰ ਸਤਿਗੁਰਾਂ ਨੇ ਗੱਲ ਹੋਰ ਸਮਝਾਈ ਹੈ। ਉਹ ਕੀ ਸਮਝਾਈ ਹੈ? ਅਮਲ ਸੇ ਜ਼ਿੰਦਗੀ ਬਣਤੀ ਤੋ ਸਜਾਦ ਸਭੀ ਬਣਾ ਲੇਤੇ। ਵਾਹਿਗੁਰੂ, ਕਿੱਡੀ ਵੱਡੀ ਗੱਲ ਹੈ, ਕਿੱਡੀ ਵੱਡੀ। ਸਾਡੇ ਕਰਮ ਤਦ ਕਰਮ ਹੋ ਸਕਦੇ ਨੇ ਜੇ ਉਹਨਾਂ ਕਰਮਾਂ ਦੇ ਨਾਲ ਕਿਰਪਾ ਹੋਵੇ। ਤਾਂ ਅਸੀਂ ਸਭ ਕੁਝ ਕਰਦੇ ਹਾਂ ਅਤੇ ਫਿਰ ਹੱਥ ਅੱਡ ਕੇ ਨਾ, ਅਰਦਾਸ ਕਰਕੇ ਹੱਥ ਅੱਡ ਕੇ ਫਿਰ ਅਸੀਂ ਪ੍ਰਸ਼ਾਦ ਮੰਗਦੇ ਹਾਂ, ਕਦੀ ਸ਼ਬਦ ਰੂਪੀ ਪ੍ਰਸ਼ਾਦ ਅਤੇ ਕੜੀ ਕੜਾਹ ਰੂਪੀ ਪ੍ਰਸ਼ਾਦ ਮੰਗਦੇ ਹਾਂ, ਅਸੀਂ ਹੱਥ ਅੱਡਦੇ ਹਾਂ। ਉਹ ਸੱਜਣ ਨੇ ਆਖਿਆ ਇਹ ਇਕਬਾਲ ਦੀ ਗੱਲ ਹੋ ਸਕਦੀ ਹੈ, ਉਸਦਾ ਫਲਸਫਾ ਹੋ ਸਕਦਾ ਹੈ, ਪਰ ਅਮਲ ਸੇ ਜ਼ਿੰਦਗੀ ਬਣਤੀ ਤੋ ਸਜਾਦ ਸਭੀ ਬਣਾ ਲੇਤੇ, ਨਿਵਾਜ਼ਿਸ਼ ਜਬ ਤਲਕ ਸ਼ਾਮਲ ਨਾ ਹੋ ਸਭੀ ਨਾਕਾਮ ਰਹਿਤੇ ਹੈ। ਵਾਹ ਵਾਹ, ਨਿਵਾਜ਼ਿਸ਼ ਜਬ ਤਲਕ ਸ਼ਾਮਲ ਨਾ ਹੋ, ਜਦ ਤੱਕ ਨਾ ਰੱਬੀ ਕਿਰਪਾ ਨਾ ਹੋਵੇ, ਬੰਦਿਆਂ ਦੇ ਯਤਨ ਯਤਨ ਸਾਰੇ ਧਰੇ ਧਰਾਏ ਹੀ ਰਹਿ ਜਾਂਦੇ ਨੇ, ਸਭੀ ਨਾਕਾਮ ਰਹਿਤੇ ਹੈ। ਇਸ ਲਈ ਮੰਗ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਅਸੀਂ ਚਾਹੁੰਦੇ ਹਾਂ ਤੁਹਾਡੀ ਸਿਫਤ ਕਰੀਏ, ਤੁਹਾਡੇ ਨਾਲ ਜੁੜੀਏ, ਤੁਹਾਡੇ ਗੁਣ ਗਾਈਏ, ਤੁਹਾਡੇ ਗੁਣਾਂ ਦੀ ਸੰਭਾਲ ਕਰੀਏ, ਆਪਣੇ ਔਗੁਣਾਂ ਨੂੰ ਕੱਢੀਏ। ਆਪੇ ਮੇਲ ਮਿਲਾਏਂਦਾ ਫਿਰ ਵਿਛੋੜਾ ਨਾ ਹੋਏ। ਵਾਹਿਗੁਰੂ ਜੀ ਆਪ ਹੀ ਮਿਲਾਉਂਦੇ ਨੇ ਅਤੇ ਜਦੋਂ ਮਿਲਾ ਲੈਂਦੇ ਨੇ ਫਿਰ ਵਿਛੋੜਾ ਨਾ ਹੋਏ, ਜਦੋਂ ਕਿਰਪਾ ਕਰਦੇ ਨੇ। ਨਾਨਕ ਗੁਰਸਾਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ। ਮੈਂ ਆਪਣੇ ਗੁਰੂ ਨੂੰ ਸਦਾ ਸਲਾਹੁੰਦਾ ਹਾਂ, ਵਡਿਆਈ ਕਰਦਾ ਹਾਂ, ਜਿਹਨੇ ਮੈਨੂੰ ਇਹ ਸੋਝੀ ਦਿੱਤੀ ਅਤੇ ਮੈਨੂੰ ਕਰਤਾਰ ਦੇ ਨਾਲ ਜੋੜਿਆ। ਜਿਸ ਦੀ ਬਦੌਲਤ ਸਾਡੇ ਜੀਵਨ ਵਿੱਚ ਮਾਣ ਤਾਣ ਸ਼ੀਤਲ ਸਭ ਥੀ ਹੈ, ਮਨ ਸੁਖੀ ਹੋ ਜਾਂਦਾ ਹੈ, ਤਨ ਸੁਖੀ ਹੋ ਜਾਂਦਾ ਹੈ, ਸ਼ੀਤਲ ਹੋ ਜਾਂਦਾ ਹੈ ਸਭ ਕੁਛ, ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਹਜ਼ੂਰ ਨੇ, ਗੁਰੂ ਅਮਰਦਾਸ ਜੀ ਨੇ, ਪਿਆਰੇ ਜੀ ਨੇ ਸਾਨੂੰ ਆਗਿਆ ਬਖਸ਼ੀ, ਹੁਕਮ ਕੀਤਾ, ਪ੍ਰੇਰਣਾ ਬਖਸ਼ੀ, ਆ ਜਿਵੇਂ ਮੈਂ ਆਇਆ ਸਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਅਤੇ ਆਗਿਆ ਨੂੰ ਮੰਨ ਲਿਆ ਸੀ, ਰਜ਼ਾ ਨੂੰ ਮੰਨ ਲਿਆ ਸੀ, ਤੂੰ ਵੀ ਆ। ਗੁਰ ਕੀ ਮੰਨ ਲੈ ਰਜ਼ਾਏ, ਗੁਰ ਕੀ ਮੰਨ ਲੈ ਰਜ਼ਾਏ, ਗੁਰ ਕੀ ਮੰਨ ਲੈ ਰਜ਼ਾਏ, ਗੁਰ ਕੀ ਮੰਨ ਲੈ ਰਜ਼ਾਏ। ਮਨ ਮੇਰੇ ਮਨ ਮੇਰੇ ਮਨ ਮੇਰੇ, ਗੁਰ ਕੀ ਮਨ ਲੈ ਰਜ਼ਾਏ, ਗੁਰ ਕੀ ਮਨ ਲੈ ਰਜ਼ਾਏ, ਗੁਰ ਕੀ ਮਨ ਲੈ ਰਜ਼ਾਏ, ਗੁਰ ਕੀ ਮਨ ਲੈ ਰਜ਼ਾਏ। ਮੰਨੀ ਰਾਮਦਾਸ ਜੀ ਨੇ, ਪਰ ਜਿਸ ਦਿਨ ਮੰਨੀ ਅਤੇ ਫਿਰ ਪਦਵੀ ਨੂੰ ਪ੍ਰਾਪਤ ਹੋਏ ਅਤੇ ਫਿਰ ਆਖਿਆ ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ, ਹਰਿ ਹਰਿ ਉੱਤਮ ਬਾਣੀ
ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ ਕਿਨ੍ਹਾਂ ਦਾ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਫਿਰ ਪੰਜਵੇਂ ਪਾਤਸ਼ਾਹ ਹਜ਼ੂਰ ਨੇ ਪਿਆਇਆ ਫਰਮਾਇਆ ਪਿਆਰ ਨਾਲ ਉਪਦੇਸ਼ ਸੁਣੋ ਪਰ ਸੁਣ ਉਪਦੇਸ਼ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ। ਸੁਣੋ ਹਿਰਦੇ ਵਿੱਚ ਵਸਾ ਲਓ ਅਤੇ ਫਿਰ ਜੋ ਚਾਹੋਗੇ ਮਿਲ ਜਾਏਗਾ, ਜੀਵਨ ਸਫਲ ਹੋ ਜਾਏਗਾ, ਸਫਲ ਹੋ ਜਾਏ ਇਹ ਭਾਵਨਾ ਪ੍ਰਗਟ ਕਰਦਾ ਹੋਇਆ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸਭਨਾਂ ਦਾ ਧੰਨਵਾਦ ਕਰਦਾ ਪ੍ਰਬੰਧ ਦਾ, ਮਾਣਯੋਗ ਪ੍ਰਧਾਨ ਸਾਹਿਬ ਜੀ ਦਾ ਅਤੇ ਉਹਨਾਂ ਦੀ ਸਾਰੀ ਟੀਮ ਦਾ ਮੈਂ ਫਿਰ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮਾਣ ਬਖਸ਼ਿਆ। ਆਪ ਜੀ ਦੇ ਦੋ ਦਿਨ ਹੋਰ ਸੇਵਾ ਕਰਨ ਦੇ ਵਾਸਤੇ ਯਾਦ ਕਰ ਲਿਓ ਨੇ, ਸ਼ਾਮ ਦੀ ਹਾਜ਼ਰੀ ਭਰ ਕੇ ਅਤੇ ਤੁਹਾਡੇ ਪਾਸੋਂ ਆਗਿਆ ਲਵਾਂਗੇ, ਫਿਰ ਜਦੋਂ ਕਰਤਾਰ ਚਾਹਿਆ ਦਰਸ਼ਨ ਕਰਨ ਦਾ ਯਤਨ ਕਰਾਂਗਾ। ਸੇਵਾ ਨਿਭਾਉਂਦਿਆਂ ਭੁੱਲਾਂ ਹੋ ਗਈਆਂ, ਆਪ ਮਹਾਨ ਹੋ ਗੁਰੂ ਰੂਪ ਸੰਗਤ, ਭੁੱਲਾਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਅਸੀਸਾਂ ਬਖਸ਼ਣੀਆਂ। ਕਿਰਪਾ ਕਰੋ ਪਿਆਰ ਨਾਲ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।